नकुल खुल गया है तो पहाड़ी इलाकों ਦੇ ਵਿੱਚ ਤਬਾਹੀ ਰੁਕਣ ਦਾ ਨਾਮ ਨਹੀਂ ਲੈ ਰਹੀ। ਹੁਣ ਇਸ ਵੀਡੀਓ ਨੂੰ ਹੀ ਦੇਖ ਲਓ ਜਿਸ ਵਿੱਚ ਸੈਲਾਨੀ ਜੋ ਕਿ ਇਸ ਰਸਤੇ ਨੂੰ ਪਾਰ ਕਰ ਰਹੇ ਸਨ ਪਹਾੜੀ ਇਲਾਕਾ ਹੈ ਤਾਂ ਅਚਾਨਕ ਉੱਤੋਂ ਦੀ ਵੱਡੇ ਵੱਡੇ ਪੱਥਰ ਡਿੱਗਣੇ ਸ਼ੁਰੂ ਹੋ ਗਏ। ਗਨੀਮਤ ਰਹੀ ਹੈ ਕਿ ਲੋਕ ਉਸੇ ਟਾਈਮ ਪਿੱਛੇ ਹਟ ਗਏ ਅਤੇ ਉਹਨਾਂ ਦੀ ਜਾਨ ਬਚ ਗਈ। ਚੀਕਾਂ ਮਾਰਦੇ ਹੋਏ ਇਹ ਸੈਲਾਨੀ ਪਿੱਛੇ ਨੂੰ ਭੱਜ ਖੜੇ ਹੋਏ। ਇੱਥੋਂ ਤੱਕ ਕਿ ਜਿਹੜੀਆਂ ਗੱਡੀਆਂ ਵੀ ਇੱਥੋਂ ਗੁਜ਼ਰ ਰਹੀਆਂ ਸਨ ਤਾਂ ਉਹ ਵੀ ਦੂਜੇ ਪਾਸੇ ਰੁਕ ਗਈਆਂ। ਤਸਵੀਰਾਂ ਦੇਖੋ ਕਿੰਨੀਆਂ ਖੌਫਨਾਕ ਨੇ ਕਿ ਕਿੰਨੇ ਵੱਡੇ ਵੱਡੇ ਪੱਥਰ ਇਸ ਪਹਾੜ ਤੋਂ ਟੁੱਟ ਕੇ ਹੇਠਾਂ ਡਿੱਗ ਰਹੇ ਨੇ, ਉਹ ਵੀ ਉਸ ਰਾਹ ਤੋਂ ਜਿੱਥੋਂ ਇਹ ਸੈਲਾਨੀ ਰਸਤਾ ਪਾਰ ਕਰ ਰਹੇ ਸਨ। ਵੱਡੀ ਗਿਣਤੀ 'ਚ ਇੱਥੇ ਸੈਲਾਨੀ ਸਨ ਜੋ ਇਸ ਰਾਹ ਤੋਂ ਗੁਜ਼ਰ ਰਹੇ ਸਨ ਤਾਂ ਉਸੇ ਦੌਰਾਨ ਹੀ ਜ਼ਮੀਨ ਖਿਸਕੀ ਤੇ ਪਹਾੜ ਤੋਂ ਵੱਡੇ ਵੱਡੇ ਪੱਥਰ ਹੇਠਾਂ ਇਸ ਰਾਹ ਤੇ ਡਿੱਗਣੇ ਸ਼ੁਰੂ ਹੋ ਗਏ। ਲੋਕਾਂ ਦੇ ਵੱਲੋਂ ਤੁਰੰਤ ਹੀ ਪੈਰ ਪਿੱਛੇ ਹਟਾ ਲਏ ਗਏ ਅਤੇ ਚੀਕਾਂ ਮਾਰਦੇ ਸੈਲਾਨੀ ਪਿੱਛੇ ਨੂੰ ਭੱਜਣ ਲੱਗੇ। ਦੂਸਰੇ ਪਾਸੇ ਕੁਝ ਗੱਡੀਆਂ ਵੀ ਖੜੀਆਂ ਸਨ ਜੋ ਕਿ ਉਹ ਵੀ ਰਾਹ ਪਾਰ ਕਰਨ ਲੱਗੀਆਂ ਸਨ, ਪਰ ਉਸ ਤੋਂ ਪਹਿਲਾਂ ਹੀ ਇਹ ਪੱਥਰ ਡਿੱਗਣ ਲੱਗ ਗਏ ਤਾਂ ਉਹ ਵੀ ਪਿੱਛੇ ਹੀ ਰੁਕ ਗਏ, ਜਿਸ ਕਰਕੇ ਇੱਥੇ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਦੱਸ ਦਈਏ ਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਬਰਸਾਤ ਹੋ ਰਹੀ ਹੈ ਤੇ ਇੱਥੇ ਜ਼ਮੀਨ ਖਿਸਕਣ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ। ਇਸੇ ਕਾਰਨ ਹੀ ਥਾਂ ਥਾਂ ਤੇ ਪਹਾੜ ਤੋਂ ਇਹ ਪੱਥਰ ਡਿੱਗ ਰਹੇ ਨੇ, ਕਈ ਰਸਤੇ ਬੰਦ ਹੋ ਚੁੱਕੇ ਨੇ ਤਾਂ ਹੁਣ ਇਹ ਜਿਹੜਾ ਰਸਤਾ ਹੈ ਦੱਸ ਦਈਏ ਕਿ ਇਹ ਜਨਪਦ ਬਾਗੇਸ਼ਵਰ ਦੇ ਅਧੀਨ ਆਉਂਦਾ ਆ, ਜਿੱਥੇ ਕਪਕੋਟ ਤਹਿਸੀਲ ਦੇ ਅਧੀਨ ਇੱਥੇ ਰਾਹ ਪਾਰ ਕਰਦੇ ਹੋਏ ਸੈਲਾਨੀਆਂ ਦੇ ਉੱਤੇ ਪੱਥਰ ਡਿੱਗੇ ਨੇ। ਗਨੀਮਤ ਰਹੀ ਹੈ ਕਿ ਉਹਨਾਂ ਦਾ ਬਚਾਅ ਹੋ ਗਿਆ, ਪੱਥਰ ਡਿੱਗਣ ਤੋਂ ਪਹਿਲਾਂ ਹੀ ਉਹਨਾਂ ਨੂੰ ਆਵਾਜ਼ ਆਈ ਹੈ ਤਾਂ ਇਹ ਸੈਲਾਨੀ ਪਿੱਛੇ ਹਟ ਗਏ, ਚੀਕਾਂ ਮਾਰਦੇ ਉੱਥੋਂ ਦੌੜ ਗਏ ਤੇ ਆਪਣੀ ਜਾਨ ਬਚਾਉਣ ਦੇ ਲਈ ਪਿੱਛੇ ਹਟ ਗਏ। ਹੋਰ ਮਾਤ ਹੋਣ।